ਸੱਪ ਦੇ ਮੂੰਹ 'ਚ ਕਿੰਨੇ ਦੰਦ ਹੁੰਦੇ? ਦੋ ਦੋ ਹੁੰਦੇ ਜੀ। 16 ਜੀ। 16 ਦੰਦ ਹੋਏ ਕੋ ਨਹੀਂ ਸੱਪ ਗਏ ਅਕਲ ਕੱਢੇ ਦੰਦ ਹੋਏ ਕੋ ਨਹੀਂ। ਬਾਸੀ ਰੋਟੀ ਖਾਣ ਦੇ ਨਾਲ ਕਿਹੜੀ ਬਿਮਾਰੀ ਦੂਰ ਹੁੰਦੀ? ਬੀਪੀ ਦੀ। ਪੱਥਰੀ ਦੀ? ਪੱਥਰੀ। ਡਾਇਬੀਟੀਜ਼। ਭੁੱਖਾ ਆਦਮੀ ਬਾਸੀ ਵੀ ਕੋਣ ਦੇਖਿਆ ਖਾ ਲਿਆ। ਹਾਂ ਜਿਹੜਾ ਮੈਨੂੰ ਨਹੀਂ ਪਤਾ ਉਹ ਮੈਂ ਉਹਦਾ ਕਾਪੀ ਮਾਰਨਾ। ਮਿਲ ਗਈ ਕੁਰਸੀ, ਉੱਥੇ ਪਈ ਸੀ ਕੁਰਸੀ। ਇਹ ਮੁੰਡੇ ਨੇ ਇੰਨਾ ਸੋਹਣਾ ਬੋਲਿਆ ਨਾ, ਕੁਰਸੀ ਉੱਡਦੀ ਆਈ ਉੱਪਰ ਦੀ ਫੜਾਈ ਨਾ ਇੱਦਾਂ ਚੱਕ ਕੇ। ਬੜੀ ਮੁਸ਼ਕਿਲ ਮਿਲਿਆ ਥਾਮਨੇ, ਸੋਰੀ ਮਿਲ ਗਈ ਕੁਰਸੀ ਦਾ ਰੋੜਾ। ਤੇ ਧਿਆਨ ਸਮੋਸੇ ਵੱਲ ਚਲ ਗਿਆ ਤੁਹਾਡਾ? ਕਾਫੀ ਦੇਰ ਹੋ, ਕਾਫੀ ਦੇਰ ਤੋਂ ਮੰਗਾਏ ਹੋਏ ਹੋਣਾ। ਕਿਹੜਾ ਜੀਵ ਆ ਜਿਹੜਾ ਦੁੱਧ ਤੋਂ ਪਾਣੀ ਅਲੱਗ ਕਰ ਸਕਦਾ ਆ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ, ਮੈਂ ਹਾਂ ਨੀਲਮ ਕੁਈਨ। ਪ੍ਰਾਈਮ ਵਿਊਜ਼ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। 4 ਕੁਐਸਚਨਸ ਲੈ ਆਈ ਹਾਂ ਜੀ ਮੈਂ ਜਨਰਲ ਨੌਲੇਜ ਦੇ। ਇੱਥੇ ਜਾ ਕੇ ਮੈਂ ਸਟੂਡੈਂਟਸ ਜਾਂ ਜਿਹੜੇ ਘੁੰਮਣ ਆਏ ਆ, ਜਿੰਨੇ ਵੀ ਲੋਕ ਇੱਥੇ ਮਿਲੇ, ਮੈਂ ਸਾਰਿਆਂ ਨੂੰ ਜਾ ਕੇ ਪੁੱਛਣੇ ਆ ਦੇਦੇ ਕਿ ਕੌਣ ਵਧੀਆ ਵਧੀਆ ਤੁੱਕੇ ਮਾਰਦਾ, ਗੈਸ ਕਰਦਾ, ਕਿਹਨੂੰ ਕਿਹਨੂੰ ਪਤਾ ਹੈਗੇ ਆ ਜੀ ਆਨਸਰਸ। ਪਹਿਲਾ ਸਵਾਲ ਤੁਹਾਨੂੰ ਸਾਰਿਆਂ ਨੂੰ ਪੁੱਛਦੀ ਹਾਂ, ਕਿਹੜਾ ਜੀਵ ਆ ਜਿਹੜਾ ਦੁੱਧ 'ਚੋਂ ਪਾਣੀ ਨੂੰ ਵੱਖ ਕਰ ਸਕਦਾ ਆ? ਜੇ ਤੁਹਾਨੂੰ ਇਹਦਾ ਜਵਾਬ ਪਤਾ ਕਮੈਂਟ ਕਰਕੇ ਦੱਸੋ, ਮੈਂ ਜਾ ਕੇ ਲੋਕਾਂ ਨੂੰ ਪੁੱਛਦੀ ਹਾਂ। ਕਿੱਦਾਂ ਜੀ, ਠੀਕ ਹੋ? ਹਾਂਜੀ ਵਧੀਆ ਜੀ। ਕਿੱਥੋਂ ਦੇ ਹੋ? ਮੈਂ ਗੁਰਦਾਸਪੁਰ ਤੋਂ। ਨਾਗਰਾ ਸਾਹਿਬ ਤਾਂ ਫਿਰ ਵੀ ਨਹੀਂ ਆਏ ਇੱਧਰ ਨੂੰ? ਇਹ ਨਾਗਰਾ ਸਾਹਿਬ ਵੱਡੇ ਬੰਦੇ ਆ ਜੀ, ਇਹ ਕਿੱਥੋਂ? ਵੱਡੇ ਬੰਦੇ ਛੋਟੇ ਬੰਦਿਆਂ ਨਾਲ ਗੱਲ ਨਹੀਂ ਕਰਦੇ? ਨਹੀਂ, ਇਹ ਮਤਲਬ ਪੋਲੀਟੀਕਲੀ ਚੀਜ਼ਾਂ ਦੇ ਵਿੱਚ ਜ਼ਿਆਦਾ ਇਨਕਲਾਈਨਡ ਨੇ, ਸੋ ਅਵੋਇਡ ਹੀ ਕਰਦੇ ਨੇ। ਦੇਖ ਕੇ ਕਹਿੰਦੇ ਨੇ ਪੋਲੀਟੀਕਲ ਬੀਬੀ ਤਾਂ ਲੱਗਦੀ ਨਹੀਂ ਹੈ। ਨਹੀਂ, ਤੁਹਾਨੂੰ ਅਸੀਂ ਰਿਕੁਐਸਟ ਕੀਤੀ ਸੀ, ਕੋਈ ਐਸੀ ਆ ਵੀ ਚਲੋ ਤੁਸੀਂ ਕਰ ਲਓ। ਚਲੋ ਮੈਂ ਕਿਹਾ ਚਲੋ ਤੁਸੀਂ ਬੈਠੇ ਸੀਗੇ, ਚਲੋ ਗੱਲਬਾਤ ਕਰ ਲੈਂਦੇ ਹਾਂ। ਜਨਰਲ ਨੌਲੇਜ ਕਿੱਦਾਂ ਵੈਸੇ? ਠੀਕ ਠਾਕ। ਠੀਕ ਠਾਕ ਕਹਿ ਸਕਦੇ ਹਾਂ। ਚਲੋ ਮੇਰਾ ਪਹਿਲਾ ਸਵਾਲ ਆ, ਬਾਸੀ ਰੋਟੀ ਖਾਣ ਦੇ ਨਾਲ ਕਿਹੜੀ ਬਿਮਾਰੀ ਦੂਰ ਹੁੰਦੀ ਹੈ? ਪਤਾ ਨਹੀਂ ਜੀ। ਆਪਸ਼ਨ ਦਵਾਂ? ਹਾਂਜੀ ਹਾਂਜੀ। ਪੱਥਰੀ, ਕਰੋਨਾ, ਡਾਇਬੀਟੀਜ਼? ਡਾਇਬੀਟੀਜ਼ ਹੋ ਸਕਦਾ ਜੀ। ਇਹ ਫਾਈਨਲ ਹੈ? ਹਾਂਜੀ ਫਾਈਨਲ। ਓਕੇ, ਮੈਨੂੰ ਇਹ ਦੱਸੋ ਕਿ ਸੱਪ ਦੇ ਮੂੰਹ 'ਚ ਦੰਦ ਕਿੰਨੇ ਹੁੰਦੇ? ਦੋ। ਦੋ ਫਾਈਨਲ ਹੈ? ਕਿਉਂਕਿ ਜਦੋਂ ਡੰਗ ਮਾਰਦਾ ਉਹਦੇ ਜਿਹੜੇ ਨਿਸ਼ਾਨ ਰਹਿੰਦੇ ਆ ਹਮੇਸ਼ਾ ਉਹ ਦੋ ਦੰਦਾਂ ਦੇ ਰਹਿੰਦੇ। ਮੈਂ ਉਸ ਤੋਂ ਇੱਕ ਗੈਸ ਮਾਰਿਆ, ਹੋ ਸਕਦਾ ਮੈਂ ਰੋਂਗ ਹੋਵਾਂ। ਤੁਹਾਡਾ ਆਂਸਰ ਆ ਦੋ ਦਾ। ਹਾਂਜੀ। ਮੇਰਾ ਨੈਕਸਟ ਹੈਗਾ ਜੀ, ਕਿਹੜਾ ਜੀਵ ਦੁੱਧ ਤੋਂ ਪਾਣੀ ਜਿਹੜਾ ਉਹ ਅਲੱਗ ਕਰ ਸਕਦਾ ਆ? ਜੇ ਦੁੱਧ 'ਚ ਪਾਣੀ ਪਾ ਦੇਣਾ ਉਹਨੂੰ ਅਲੱਗ ਕਰ ਸਕਦਾ? ਇਹਦੇ ਲਈ ਮੈਂ ਆਪਸ਼ਨ ਦਿੰਦੀ ਹਾਂ, ਤੋਤਾ, ਕੋਇਲ, ਕਬੂਤਰ, ਹੰਸ। ਨਹੀਂ ਪਤਾ ਜੀ। ਆਪਸ਼ਨ 'ਚੋਂ ਤੁੱਕਾ ਮਾਰ ਲਓ, ਤੋਤਾ, ਕੋਇਲ, ਕਬੂਤਰ, ਹੰਸ। ਕੋਇਲ। ਕੋਇਲ ਫਾਈਨਲ? ਪਿੱਛੋਂ ਤਾਂ ਤੁਹਾਨੂੰ ਕੋਈ ਪਰਚੀ ਵੀ ਨਹੀਂ ਆ ਰਹੀ। ਚਲੋ ਹੁਣ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਡਰਾਤਾ, ਬਿਠਾਇਆ ਚੁੱਪ ਕਰਕੇ ਸਾਰੇ, ਕਿਸੇ ਨੇ ਪਰਚੀ ਨਹੀਂ ਦੇਣੀ। ਤੁਸੀਂ ਹੁਣ ਉਹਨਾਂ ਨੂੰ ਡਰਾਇਆ ਹੀ ਇਸ ਤਰੀਕੇ ਨਾਲ, ਹੁਣ ਉਹ ਕੋਈ ਬੋਲ ਵੀ ਨਹੀਂ ਰਿਹਾ ਜੀ। ਹੁਣ ਪੜ੍ਹ ਕੇ ਦੰਦ ਗਿਣੋਗੇ ਉਹਨਾਂ ਦੇ। ਓਕੇ, ਲਾਸਟ ਕੁਐਸਚਨ ਪੁੱਛਦੀ ਆ, ਕਿਹੜੇ ਦੇਸ਼ 'ਚ ਹਾਥੀ ਨੂੰ ਜੇ ਮਾਰਦਾ ਆ ਕੋਈ ਤਾਂ ਉਹਨੂੰ ਸਿੱਧੀ ਮੌਤ ਦੀ ਸਜ਼ਾ ਮਿਲਦੀ? ਨਹੀਂ ਪਤਾ। ਆਪਸ਼ਨ ਦਿੰਦੀ ਆ, ਸ਼੍ਰੀਲੰਕਾ, ਇੰਡੀਆ, ਨੇਪਾਲ, ਜਾਪਾਨ। ਸ਼੍ਰੀਲੰਕਾ ਸਕਦਾ। ਓਕੇ, ਚਾਰ ਹੀ ਸਵਾਲ ਸੀ, ਕੋਈ ਆਨਸਰ ਤਾਂ ਨਹੀਂ ਚੇਂਜ ਕਰਨਾ? ਨਹੀਂ ਜੀ, ਕੋਈ ਨਹੀਂ ਕਰਨਾ। ਕੁੜੀ ਜਲਦੀ ਜਾਵੀ। ਕਿੱਦਾਂ ਜੀ, ਠੀਕ ਹੋ? ਹਾਂਜੀ। ਤੁਸੀਂ ਕਿੱਥੋਂ ਦੇ ਹੋ? ਮੁਕੇਰੀਆਂ, ਪੰਜਾਬ। ਮੁਕੇਰੀਆਂ ਤੋਂ? ਤੇ ਇੱਥੇ ਕੀ ਕਰਦੇ ਹੋ? ਫਾਰਮੇਸੀ, ਐਮ ਫਾਰਮੇਸੀ। ਠੀਕ ਹੈ ਜੀ, ਮੈਂ ਨਾ ਤੁਹਾਨੂੰ ਕੁਛ ਕੁ ਸਵਾਲ ਪੁੱਛਣੇ। ਤੁਸੀਂ ਪਹਿਲੇ ਕਹਿਤਾ ਕਿ ਮੈਂ ਜਲਦੀ 'ਚ, ਮੈਂ ਜਲਦੀ ਜਲਦੀ ਪੁੱਛ ਲੈਂਦੀ ਹਾਂ, ਠੀਕ ਹੈ? ਤੁਸੀਂ ਮੈਨੂੰ ਦੱਸੋ ਕਿ ਜਿਹੜੀ ਬਾਸੀ ਰੋਟੀ ਹੁੰਦੀ, ਰਾਤ ਦੀ ਰੋਟੀ ਜਦੋਂ ਅਸੀਂ ਸਵੇਰੇ ਖਾਂਦੇ ਆਪਾਂ ਬਾਸੀ ਰੋਟੀ ਕਹਿ ਦਿੰਦੇ ਨਾ, ਉਹ ਖਾਣ ਦੇ ਨਾਲ ਕਿਹੜੀ ਬਿਮਾਰੀ ਦੂਰ ਹੁੰਦੀ ਹੈ? ਪਤਾ ਨਹੀਂ। ਆਪਸ਼ਨ ਦਵਾਂ? ਆਪਸ਼ਨ 'ਚ ਤੁੱਕਾ ਮਾਰਿਓ, ਪੱਥਰੀ, ਕਰੋਨਾ, ਡਾਇਬਿਟੀਜ਼? ਸ਼ੂਗਰ। ਫਾਈਨਲ? ਓਕੇ, ਨੈਕਸਟ ਹੈਗੀ ਜੀ, ਸੱਪ ਦੇ ਮੂੰਹ 'ਚ ਕਿੰਨੇ ਦੰਦ ਹੁੰਦੇ? ਦੋ। ਦੋ ਫਾਈਨਲ? ਗਲਤ ਹੈ। ਓਕੇ, ਅਗਲਾ ਪੁੱਛਦੀ ਹਾਂ, ਕਿਹੜਾ ਜੀਵ ਆ ਜਿਹੜਾ ਦੁੱਧ ਤੋਂ ਪਾਣੀ ਅਲੱਗ ਕਰ ਸਕਦਾ ਆ? ਆਪਸ਼ਨ ਹੈਗੀ ਜੀ, ਤੋਤਾ, ਕੋਇਲ, ਕਬੂਤਰ ਜਾਂ ਹੰਸ। ਪਤਾ ਨਹੀਂ। ਤੁੱਕਾ ਮਾਰੋ, ਤੋਤਾ, ਕਬੂਤਰ, ਕੋਇਲ ਜਾਂ ਹੰਸ, ਇਹਨਾਂ 'ਚੋਂ ਕਿਹੜਾ? ਕਬੂਤਰ। ਕਬੂਤਰ ਫਾਈਨਲ? ਪਤਾ ਮੈਨੂੰ ਤੁੱਕਾ ਮਾਰਿਆ ਪਰ ਫਿਰ ਵੀ ਫਾਈਨਲ। ਹਾਂਜੀ। ਓਕੇ, ਲਾਸਟ ਪੁੱਛਦੀ ਆ, ਕਿਹੜੇ ਦੇਸ਼ 'ਚ ਜੇ ਹਾਥੀ ਨੂੰ ਮਾਰਦਾ ਆ ਕੋਈ ਤਾਂ ਉਹਨੂੰ ਮੌਤ ਦੀ ਸਜ਼ਾ ਮਿਲਦੀ ਆ? ਆਪਸ਼ਨ ਦਿੰਦੀ ਆ, ਸ਼੍ਰੀਲੰਕਾ, ਇੰਡੀਆ, ਨੇਪਾਲ, ਜਾਪਾਨ। ਸ਼੍ਰੀਲੰਕਾ। ਓਕੇ, ਇਹ ਫਾਈਨਲ ਹੈ? ਚਾਰ ਹੀ ਸਵਾਲ ਸੀ, ਤੁਹਾਨੂੰ ਕਿੰਨੇ ਲੱਗਦਾ ਸਹੀ ਹੋਊਗੇ? ਕੋਈ ਵੀ, ਸਾਰੇ ਤੁੱਕੇ ਮਾਰੇ ਆ, ਸਾਰੇ ਗਲਤ ਹੋਣੇ ਆ, ਪੱਕਾ ਸਾਰੇ ਗਲਤ ਹੋਣੇ ਆ।
ਮੈਂ ਦੱਸਦੀ ਆ, ਪਹਿਲਾਂ ਹਾਲ ਚਾਲ ਦੱਸੋ, ਕਿੱਦਾਂ ਠੀਕ ਹੋ? ਹਾਂਜੀ ਹਾਂਜੀ ਵਧੀਆ, ਤੁਸੀਂ ਦੱਸੋ? ਬਹੁਤ ਵਧੀਆ, ਤੁਹਾਡੇ ਨਾਲ ਦੇ ਉੱਠ ਕੇ ਗਏ ਪਰ ਨਾਲ ਕੁਰਸੀ ਵੀ ਚੱਕ ਕੇ ਲੈ ਗਏ, ਉਧਰ ਵੀ ਤਾਂ ਕਿੰਨੀਆਂ ਕੁਰਸੀਆਂ ਆਈਆਂ। ਵਾ ਕੋਈ ਨਹੀਂ, ਉਹ ਖਾਣ ਪੀਣ ਗਏ, ਉਹ ਕੁਰਸੀ ਪਸੰਦ ਸੀ, ਆਪਣੀ ਨਾਲ ਹੀ ਲੈ ਕੇ ਆਉਂਦੇ ਆ ਜੀ ਇਹ ਕੁਰਸੀ। ਠੀਕ ਹੈ, ਕਿੱਥੋਂ ਦੇ ਹੋ ਤੁਸੀਂ? ਮੈਂ ਲੋਕਲੀ ਆ ਜੀ ਇੱਥੋਂ, ਚੰਡੀਗੜ੍ਹ। ਹਾਂਜੀ ਹਾਂਜੀ। ਇੱਥੇ ਪੜ੍ਹਦੇ ਹੋ ਜਾਂ ਵੈਸੇ ਕੀ ਪੜ੍ਹਦੇ ਹੋ? ਮੈਂ ਇੱਥੇ ਲਾਅ ਦੀ ਪ੍ਰੈਪਰੇਸ਼ਨ ਕਰ ਰਿਹਾ ਜੀ, 3 ਇਅਰ ਦੀ। ਹਾਂਜੀ। ਓਕੇ, ਮੈਂ ਤੁਹਾਨੂੰ ਕੁਝ ਕੁ ਸਵਾਲ ਪੁੱਛਣੇ ਆ, ਤੇ ਧਿਆਨ ਸਮੋਸਿਆਂ ਵੱਲ ਚਲ ਗਿਆ ਤੁਹਾਡਾ। ਕਾਫੀ ਦੇਰ ਤੋਂ ਮੰਗਾਏ ਹੋਏ ਹੋਣਾ, ਮੈਂ ਜਲਦੀ ਜਲਦੀ ਪੁੱਛ ਲੈਂਦੀ, ਠੰਡੇ ਨਾ ਹੋਣ, ਹੈ ਨਾ। ਅੱਛਾ, ਜਨਰਲ ਨੌਲੇਜ 'ਚ ਜੇ ਤੁਸੀਂ ਆਪਣੇ ਆਪ ਨੂੰ 10 'ਚ ਨੰਬਰ ਦੇਣੇ ਹੋਣ, ਕਿੰਨੇ ਦਉਂਗੇ? ਕਿੰਨੀ ਕੁ ਹੈਗੀ ਆ ਨੌਲੇਜ? ਤਾਂ ਹੈਗੀ ਹੈ, ਪਰ ਟੌਪਿਕ ਤੇ ਡਿਪੈਂਡ ਕਰਦਾ ਵੀ ਕਿੰਨੀ ਕੁ। ਚਲੋ ਮੈਂ ਕੁਐਸਚਨ ਪੁੱਛਦੀ, ਫਿਰ ਬਾਅਦ 'ਚ ਦੇ ਲਿਓ ਨੰਬਰ, ਹੈ ਨਾ। ਹਾਂਜੀ ਹਾਂਜੀ। ਚਲੋ ਮੈਨੂੰ ਦੱਸੋ ਕਿ ਜਿਹੜੀ ਬਾਸੀ ਰੋਟੀ ਹੁੰਦੀ ਆ, ਜਦੋਂ ਅਸੀਂ ਉਹ ਖਾਂਦੇ ਆ, ਕਿਹੜੀ ਬਿਮਾਰੀ ਦੂਰ ਹੁੰਦੀ ਹੈ? ਬੀਪੀ ਦੀ। ਬੀਪੀ ਦੀ ਫਾਈਨਲ ਹੈ? ਪ੍ਰੈਸ਼ਰ, ਹਾਂਜੀ ਫਾਈਨਲ ਹੈ। ਹਾਂਜੀ। ਓਕੇ, ਸੱਪ ਆਪਾਂ ਜਿਹੜੀ ਬਾਸੀ ਰੋਟੀ ਆ ਉਹਨੂੰ ਆਪਾਂ ਦੁੱਧ 'ਚ ਭਿਓ ਕੇ ਕਰੀਏ ਤਾਂ ਬੀਪੀ ਦੀ, ਬੀਪੀ ਮਤਲਬ ਜਿਹਦਾ, ਜਿਹਨਾਂ ਦਾ ਪ੍ਰੈਸ਼ਰ ਹਾਈ ਹੁੰਦਾ ਉਹਨਾਂ ਦਾ ਲੋਅ ਹੋ ਜਾਂਦਾ, ਮਤਲਬ ਲੈਵਲ ਠੀਕ ਹੋ ਜਾਂਦਾ। ਹਾਂਜੀ ਠੀਕ ਹੈ ਜੀ, ਇਹ ਫਾਈਨਲ ਆਨਸਰ? ਹਾਂਜੀ ਹਾਂਜੀ। ਓਕੇ, ਸੱਪ ਕੋਈ ਆਪਸ਼ਨ ਵੀ ਹੈਗੀ? ਆਪਸ਼ਨ ਹੈਗੀ ਆ ਵੈਸੇ। ਵੈਸੇ ਦੱਸੋ, ਨਾਲੇ ਤੁਸੀਂ ਫਾਈਨਲ ਕਰਾਤਾ ਆਨਸਰ? ਨਹੀਂ, ਫਿਰ ਵੀ ਆਪਸ਼ਨ ਆਪਸ਼ਨ ਹੈਗੀ ਆ ਜੀ, ਸ਼ੂਗਰ, ਪੱਥਰੀ, ਕਰੋਨਾ, ਡਾਇਬੀਟੀਜ਼। ਸ਼ੂਗਰ, ਪੱਥਰੀ, ਕਰੋਨਾ, ਡਾਇਬੀਟੀਜ਼, ਪੱਥਰੀ ਹੈ ਜੀ। ਹੁਣ ਕਿਹੜਾ ਆਨਸਰ ਆ? ਉਹ ਪਹਿਲੇ ਵਾਲਾ ਕੇ ਵਾਲਾ? ਨਹੀਂ, ਪੱਥਰੀ ਪੱਥਰੀ ਫਾਈਨਲ। ਹਾਂਜੀ ਹਾਂ, ਹੋ ਗਿਆ ਚੇਂਜ ਆਨਸਰ। ਓਕੇ, ਅਗਲਾ ਪੁੱਛਦੀ ਆ, ਸੱਪ ਦੇ ਕਿੰਨੇ ਦੰਦ ਹੁੰਦੇ? ਆਪਸ਼ਨ ਜੀ? ਵੈਸੇ ਤਾਂ ਦੋ ਹੁੰਦੇ ਜੀ। ਬਸ ਫਿਰ ਦੋ ਫਾਈਨਲ ਹੈ? ਫਾਈਨਲ ਹੈ ਜੀ। ਓਕੇ, ਆਪਸ਼ਨ ਵੀ ਦੱਸ ਦਿਆ ਕਰੋ ਨਾਲ, ਆਪ ਹੀ ਆਪਸ਼ਨ ਦੱਸ ਦਿਆ ਕਰੋ। ਜਦ ਤੁਸੀਂ ਫਾਈਨਲ ਕਰਾਈ ਦਿੱਤਾ, ਫੇਰ ਕਿਉਂ ਆਪਸ਼ਨ ਦੱਸਣੀ? ਜਦ ਆਰਡਰ ਹੋ ਹੀ ਗਿਆ, ਦੁਬਾਰਾ ਮੈਨਿਊ ਕਿਉਂ ਦੇਖਣਾ? ਨਹੀਂ ਜੇ ਹੁਣ ਉਹਦੇ ਵਿੱਚ ਉਹ, ਚਲੋ ਮੈਂ ਆਪਸ਼ਨ ਦਿੰਦੀ ਹਾਂ, 800, 500, 200 ਜਾਂ 2? 2 ਜੀ। 2 ਫਾਈਨਲ ਹੈ? ਓਕੇ, ਕਿਹੜਾ ਜੀਵ ਆ ਜਿਹੜਾ ਦੁੱਧ ਤੋਂ ਪਾਣੀ ਅਲੱਗ ਕਰ ਸਕਦਾ? ਆਪਸ਼ਨ ਦੇ ਦਿਓ ਜੀ, ਇਹ ਤਾਂ ਜ਼ਿਆਦਾ ਹੋ ਗਿਆ। ਤੋਤਾ, ਕੋਇਲ, ਕਬੂਤਰ ਜਾਂ ਹੰਸ, ਜੋ ਪਾਣੀ 'ਚੋਂ ਦੁੱਧ ਨੂੰ ਵੱਖ ਕਰ ਸਕਦਾ? ਹੰਸ ਹੋ ਸਕਦਾ ਜੀ। ਫਾਈਨਲ ਹੈ? ਫਾਈਨਲ ਲਓ, ਫਾਈਨਲ ਹੈ। ਲਾਸਟ ਪੁੱਛਦੀ ਹਾਂ, ਕਿਹੜੇ ਦੇਸ਼ 'ਚ ਜੇ ਕੋਈ ਹਾਥੀ ਨੂੰ ਮਾਰਦਾ ਆ ਤਾਂ ਉਹਨੂੰ ਮੌਤ ਦੀ ਸਜ਼ਾ ਮਿਲਦੀ ਆ? ਕਿਹੜੇ ਕਿਹੜੇ ਹੈ ਜੀ ਆਪਸ਼ਨ? ਸ਼੍ਰੀਲੰਕਾ, ਇੰਡੀਆ, ਨੇਪਾਲ ਜਾਂ ਜਾਪਾਨ? ਨੇਪਾਲ ਹੈ ਜੀ। ਫਾਈਨਲ ਹੈ? 4 ਹੀ ਸਵਾਲ ਸੀ, ਕੋਈ ਆਨਸਰ ਤਾਂ ਨਹੀਂ ਚੇਂਜ ਕਰਨਾ? ਨਹੀਂ, ਠੀਕ ਹੈ ਜੀ। ਪੱਥਰ ਤੇ ਲਕੀਰ, 4 ਦੇ ਆਨਸਰ ਆਓ, ਹੋ ਗਿਆ ਜੀ, ਹੁਣ ਲੌਕ ਹੋ ਗਿਆ, ਹੁਣ ਕਿਉਂ ਚੇਂਜ ਕਰਨੇ? ਪਹਿਲਾਂ ਵੀ ਤਾਂ ਕੀਤੇ ਹੀ। ਚਲੋ ਹੁਣ ਤੁਸੀਂ ਆਪਸ਼ਨਾਂ ਦੱਸਦੀ, ਉਹਨਾਂ ਚੋਂ ਸਿਲੈਕਟ ਕਰਿਆ ਨਾ। ਓਕੇ, ਕਿੱਥੋਂ ਦੇ ਹੋ? ਇਸਾਰ ਜੀ, ਹਰਿਆਣਾ। ਸਾਰੇ ਜਣੇ? ਹਾਂ, ਇਸਾਰ ਸੇ ਜੀ। ਸਰ ਕੀ ਬੋਲੇ ਸੀ ਮੈਡਮ ਨੇ? ਕੁਰਸੀ ਦੇ? ਕੀ ਬੋਲੇ ਮੈਡਮ ਨੇ? ਕੁਰਸੀ ਦੇ, ਮਿਲ ਗਈ ਕੁਰਸੀ, ਉਹ ਉੱਥੇ ਪਈ ਸੀ ਕੁਰਸੀ। ਇਹ ਮੁੰਡੇ ਨੇ ਇੰਨਾ ਸੋਹਣਾ ਬੋਲਿਆ ਨਾ, ਕੁਰਸੀ ਉੱਡਦੀ ਆਈ ਉੱਪਰ ਦੀ, ਫੜਾਈ ਨਾ ਇੱਦਾਂ ਚੱਕ ਕੇ। ਬੜੀ ਮੁਸ਼ਕਿਲ ਮਿਲਿਆ ਆ, ਥਾਮਨੇ ਸੋਰੀ ਮਿਲ ਗਈ, ਕੁਰਸੀ ਦਾ ਰੋੜਾ। ਓਕੇ ਜੀ, ਕੀ ਕਰਦੇ ਹੋ ਤੁਸੀਂ? ਇੱਧਰ ਪੜ੍ਹਦੇ ਹੋ ਜਾਂ ਵੈਸੇ ਘੁੰਮਣਾ ਹੈ? ਕਿਆ ਖਾਣਾ ਹੈ? ਪੇਟੀਆਂ? ਪੇਟੀ ਨਹੀਂ, ਪੇਟੀਜ਼। ਓਕੇ, ਇਹ ਖਾਣਾ ਹੈ ਕਿੱਥੇ ਪੜ੍ਹਦੇ ਪੜ੍ਹਦੇ ਹੋ? ਨਾ, ਐਸੇ ਘੁੰਮਣ ਆ ਗਏ। ਘੁੰਮਣ ਆਏ ਹੋ? ਪਹਿਲਾਂ ਵੀ ਆਉਂਦੇ ਹੋ? ਹਾਂ। ਠੀਕ ਹੈ ਜੀ, ਸਾਰੇ ਜਣੇ ਹਿਸਾਰ ਤੋਂ। ਮੈਂ ਤੁਹਾਨੂੰ ਕੁਝ ਕੁ ਸਵਾਲ ਪੁੱਛਣੇ ਆ, ਤੁਸੀਂ ਉਹਦੇ ਮਾਨੇ ਆ ਗੈਸ, ਜਿਹਦੇ ਵੱਲ ਮੈਂ ਮਾਈਕ ਕਰੂੰਗੀ ਉਹੀ ਬੋਲੂਗਾ, ਇਹ ਨਹੀਂ ਕਿ ਇੱਧਰ ਮੈਂ ਪੁੱਛਿਆ ਤੇ ਉੱਧਰ ਕਾਲੀ ਆਇਆ ਹੋਵੇ ਤੇ ਉੱਧਰੋਂ ਬੋਲ ਦਵੇ। ਇਤਨੇ ਹੁਸ਼ਿਆਰ ਕੋ ਨਹੀਂ ਮਾਵੇਂ? ਤੁੱਕੇ ਮਾਰਿਓ, ਪੇਪਰਾਂ 'ਚ ਤਾਂ ਮਾਰੀ ਹੈ। ਪੇਪਰ ਦੇ ਵੀ ਕਈ ਸਾਲ ਹੋ ਗਏ ਕਿ ਪੇਪਰ 'ਚ ਸਿਰਫ ਤੁੱਕੇ ਮਾਰੇ। ਆਈਲੈਟਸ ਖਾਣਾ ਦੀ ਜ਼ਿਆਦਾ ਲਾਸਟ ਮੈਂ ਉਹ ਵੀ ਹੋਇਆ ਕੋ ਨਹੀਂ। 4.5 7 ਜੀ। ਓਕੇ, ਵਧੀਆ ਤਾਂ ਹੋ ਗਿਆ, ਮਤਲਬ ਭਾਈ ਕਾ ਬਤਾਉਣਾ। ਇੱਥੇ ਕੀ ਕਰਦੇ ਵੇ ਤੁਸੀਂ, ਬਾਹਰ ਕਿਉਂ ਨਹੀਂ ਗਏ? ਪੇਪਰ ਏ ਕੋ ਨਹੀਂ ਹੋਇਆ। ਚਲੋ ਜੀ, ਮੈਂ ਇਹਨਾਂ ਨੂੰ ਸਵਾਲ ਪੁੱਛਦੀ, ਸਾਰੇ ਜਣੇ ਵਿੱਚ ਲਿਆਓ। ਪਹਿਲਾ ਸਵਾਲ, ਬਾਸੀ ਰੋਟੀ, ਬਾਸੀ ਰੋਟੀ ਤਾਂ ਪਤਾ ਨਾ, ਰਾਤ ਦੀ ਰੋਟੀ ਜੋ ਸਵੇਰੇ ਖਾਂਦੇ, ਬਾਸੀ ਰੋਟੀ ਖਾਣ ਦੇ ਨਾਲ ਕਿਹੜੀ ਬਿਮਾਰੀ ਆ ਜਿਹੜੀ ਦੂਰ ਹੁੰਦੀ ਆ? ਮੈਂ ਪੜਾਈ ਯਾਰ ਜ਼ਿਕਰ ਕਰਦੀ ਆ, ਉਹ ਕੋ ਨਹੀਂ ਸਮਝਵਾ ਆਪਣਾ। ਚਲੋ ਆਪਸ਼ਨ ਰੋਸਤਾ। ਅੱਛਾ, ਫਿਰ ਚਲੋ ਮੈਂ ਆਪਸ਼ਨ ਦਿੰਦੀ ਆ, ਤੁੱਕੇ ਮਾਰਿਓ। ਭੁੱਖ ਤਾਂ ਮਿਟ, ਭੁੱਖ ਤਾਂ ਮਿਟਦੀ ਹੈ ਹੋਵੇ ਦੂਰ। ਹਾਂ, ਭੁੱਖਾ ਆਦਮੀ ਬਸ ਵੀ ਕੋਈ ਦੇਖਿਆ ਖਾ ਲਿਆ। ਹਾਂ, ਫਿਰ ਢਿੱਡ ਭਰ ਜਾਂਦਾ। ਔਰ ਢਿੱਡ ਕੀ ਹੋਇਆ, ਪੇਟ ਭਰ ਜਾ। ਤੁਹਾਡੇ ਉੱਧਰ ਪੇਟ ਭਰਦਾ, ਸਾਡੇ ਇੱਧਰ ਢਿੱਡ ਭਰਦਾ। ਬਰੇ ਤਾਂ ਚੀਜ਼ ਦਵਾਈ ਹੈ। ਇਹ ਪੈਟੀ ਨਾਲ ਵੀ ਇੰਨਾ ਅਸਰ ਹੁੰਦਾ ਆ? ਹਾਂ, ਬੰਦਾ ਇੰਨਾ ਬੋਲਣ ਲੱਗ ਜਾਂਦਾ ਪੈਟੀ ਖਾ ਕੇ। ਇਹ ਤਾਂ ਖੂਨ ਮੈਂ ਹੈ ਮਾਰੇ। ਚਲੋ ਠੀਕ ਆ, ਮੈਂ ਤੁਹਾਨੂੰ ਇਹਦੇ ਲਈ ਆਪਸ਼ਨ ਦਿੰਦੀ ਹਾਂ ਕਿ ਬਾਸੀ ਰੋਟੀ ਖਾਣ ਦੇ ਨਾਲ ਕਿਹੜੀ ਬਿਮਾਰੀ ਦੂਰ ਹੁੰਦੀ ਆ?
पत्थरी, कोरोना या डायबिटीज। अच्छा ये क्यों बगे कोरोना ही दूर होंदे बस खावा दा कोई मेरा को नहीं के बता नहीं बोलना ओके पत्थरी जी पत्थरी डायबिटीज कोरोना उच्ची बोला इधर कोरोना कोरोना गो चलो नेक्स्ट पूछ दियां तो सही जवाब तो दे दियो एंड ते दसूंगी ना सप दे किन्ने दंद हुंदे आ 16 जी 16 जीव तो है न्यू दोष ही उसका जीव हाँ दांत कौन देखे दांत हो को नहीं सप गए अकल कड दांत हो को नहीं कौन हो हाँ दांत कौन ही होवे सच्चाई है कौन चलो अगला पूछ दिया केड़ा जीव आ आजो आजो इत्थे आजो ओ ध्यान ना कुत्ते ध्यान ना केड़ा जीव आ केड़ा जीव आ जेड़ा दूध तो पानी अलग कर सकता है ओ यार के नाम उसका के नाम है बगुला के क्या बगुला अगला पूछ दिया केड़ा जीव नहीं केड़े देश च हाथी नु जे कोई मारदा या ते ओनु मौत दी सजा मिलदी है फ्रांस फ्रांस स्विट्जरलैंड ना व्हाइट एलिफेंट काम पे मशहूर है जी वो तो उस हिसाब से मैं दिया हां अफ्रीका वन वो और देश है व्हाइट एलिफेंट ऑप्शन देना ऑप्शन है की जी श्रीलंका इंडिया नेपाल जापान फ्रांस है ही नहीं ऑप्शन जम श्रीलंका भाव अबे श्रीलंका जापान श्रीलंका श्रीलंका के पास क्या न्यारा देश श्रीलंका ही गया हूं मैं तो पहला दूजा मेनू लगा कुछ बोल ना ना श्रीलंका गया हूं भाई साहब ना इना नु मैं कह मैं ना गल करो कहंदे उधर भी कुड़ियां उनां नु पूछ लो मैं कह जे उनां ने मना करता मैं इधर आ जाना मैं उधर गई कहंदे नहीं मैं आ गई मैं हुण इधर ओके तो हुण हेल्दी देखी सी ओ कहंदे सी नहीं नहीं मैं नहीं देखी मैं देख ली किद्दा जी ठीक हो किथों दे हो गुरदासपुर ओके इत्थे की पढ़दे हो इत्थे मैं पीएचडी कर रही हां कादी इंग्लिश ओके तुसी किथों दे मैं कुरुक्षेत्र हरियाणा ते तुसी की करदे हो मैं पीएचडी कर रही हां ओके मैंने थानू दोनों नु कुछ के सवाल पूछने हैं तुसी गेस मारने हैं ठीक है मेरा पहला सवाल है कि बासी रोटी खाने दे नाल केड़ी बीमारी दूर हुंदी है पता नहीं शुगर शुगर यही कॉपी पेस्ट मार लो चलो डायबिटीज डायबिटीज नेक्स्ट है क्या जी सप दे किन्ने दंद हुंदे दो दो फाइनल जेड़ा मेनू नहीं पता मैं ओदा कॉपी मारना जेड़ा ओनू नहीं सही है ए भी सही दो हां दो केड़ा जीवा जेड़ा दूध तो पानी नु अलग कर सकदा है यार यार ओनू की कहंदे आ यार ऑप्शन दवा देओ देओ प्लीज ऐ किड्डी शेरी ना दिमाग जिथे को घूम ही जांदा है ना चार दे दो मेनू चार ऑप्शन देनी है पहली ऑप्शन है जी तोता कोयल कबूतर हंस 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 फाइनल फोन इधरो कॉपी हो गया हां लास्ट क्वेश्चन केड़े देश च जे कोई हाथी नु मारदा या ते ओनु मौत दी सजा मिलदी है थाईलैंड केड़ा थाईलैंड थाईलैंड ऑप्शन दे दो ऑप्शन है जी श्रीलंका इंडिया नेपाल जापान श्रीलंका 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 बासी रोटी खाने शुगर ठीक होंगी आंसर सही सी सही कराता मैं उन्होंने कहता कॉपी कर दो सप के मूह च दो दंद होंगे 200 दंद होंगे हंस इन्होंने कॉपी दोनों सही हो गए
हंस इज सही आ, हंस इज सही आ। ओके फिर मैं पूछा किहड़े देश च हाथी नूं मारन ते मौत की सज़ा दी जांदी? तुसीं बोले श्रीलंका, इन्होंने पहला थाईलैंड बोले, फिर इन्हां दे करके श्रीलंका बोल दिता, वह भी आंसर सही है। तैयारी करके आई सी, कई ने गैस बहुत ही सोहने मारे, कई कन्फ्यूज भी हो गए। बाकी क्वेश्चन सुन के तुहाडे दिमाग दे विच आंसर आउंदा कमेंट करके दस्सियो, प्रोग्राम वधिया लग्गिया लाइक भी करो शेयर भी करो। हुण मैनू नीलम कुई नूं इजाजत, तुसीं देखदे रहो प्राइम इनिशिएटिव, तुहाडा अपना तुहाडे लई। टेक केयर, बाय बाय, रब रखा।